ਆਹ ਕੰਮ ਤਾਂ ਪਹਿਲੀ ਵਾਰੀ ਦੇਖਿਆ ਕਿ TTV ਟ੍ਰੇਨ 'ਚੋਂ ਉੱਤਰ ਕੇ ਫਾਟਕ ਦਾ ਕੰਮ ਕਰਦਾ ਹੈ। ਹਾਂਜੀ ਦੋਸਤੋ, ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿੱਥੇ ਕਿ ਇੱਕ ਰੇਲ ਗੱਡੀ ਦੀ ਲਾਈਨ ਦੇ ਉੱਪਰ ਫਾਟਕ ਨਹੀਂ ਹਨ, ਉੱਥੇ ਪਹਿਲਾਂ ਤਾਂ ਟ੍ਰੇਨ ਦਾ ਡਰਾਈਵਰ ਟ੍ਰੇਨ ਨੂੰ ਪਿੱਛੇ ਹੀ ਰੋਕ ਲੈਂਦਾ ਹੈ ਅਤੇ ਫਿਰ ਟ੍ਰੇਨ ਵਿੱਚੋਂ TT ਉੱਤਰ ਕੇ ਆਉਂਦਾ ਹੈ, ਜੋ ਕਿ ਫਾਟਕਾਂ ਵਾਲੀ ਜਗ੍ਹਾ 'ਤੇ ਆ ਕੇ ਖੜ ਜਾਂਦਾ ਹੈ ਅਤੇ ਸੜਕ 'ਤੇ ਆਉਂਦੇ ਲੋਕਾਂ ਨੂੰ ਰੋਕ ਲੈਂਦਾ ਹੈ ਅਤੇ ਟ੍ਰੇਨ ਨੂੰ ਲੰਘਾਉਂਦਾ ਹੈ ਅਤੇ ਫਿਰ ਜਦੋਂ ਟ੍ਰੇਨ ਲੰਘਦੀ ਹੈ ਉਸ ਦੇ ਨਾਲ ਹੀ ਆਪ ਚੜ ਜਾਂਦਾ ਹੈ। ਇਸ ਤਰ੍ਹਾਂ TT ਵੀ ਫਾਟਕ ਦਾ ਕੰਮ ਕਰਦਾ ਹੈ, ਜਿਸ ਦੀ ਕਿ ਪੂਰੀ ਵੀਡੀਓ ਵੀ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਉਹ ਇੱਥੇ ਰੱਸੀ ਬੰਨਦਾ ਵਾ ਤੇ ਫੇਰ ਗੱਡੀ ਲੰਘਾਉਂਦੇ ਆ, ਕੋਈ ਇੱਥੇ ਫਾਟਕ ਨਹੀਂ ਆ, ਬਸ ਏਦਾਂ ਹੀ ਆ। ਇਹ ਵੀਰ ਹੁਣ ਖਲੋ ਗਿਆ ਵਾ ਤੇ ਹੁਣ ਟ੍ਰੇਨ ਲੰਘਣੀ ਆ। ਆਹ ਵੇਖ ਲਓ ਜਿੱਦਾਂ ਗੁੱਜਰ ਮੱਝਾਂ ਨੀ ਨਾ ਲੰਘਾਉਂਦੇ। ਆਹ ਵੇਖ ਲਓ ਆਹ ਟ੍ਰੇਨ ਆ ਗਈ ਤੇ ਸਮਝ ਲਓ ਵੀ ਫਾਟਕ ਹੀ ਬੰਦਾ ਜਿਹੜਾ ਬੰਦਾ ਜਿਹੜਾ ਖਲੋਤਾ ਤੇ ਆਹ ਟ੍ਰੇਨ ਲੰਘੀ ਜੀ। ਕੰਡਕਟਰ ਸਾਹਿਬ ਵੀ ਚੜ ਗਏ ਜੀ ਨਾਲ ਹੀ। ਦੋਸਤੋ, ਤੁਸੀਂ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ? ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਵਾਇਰਲ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ।